ਤਾਂ ਆਓ ਫਿਰ ਅੱਜ ਮੈਥਮੈਟਿਕਸ ਦੀ ਨਵੀਂ ਗੱਲ ਕਰੀਏ। ਨਵੀਂ ਗੱਲ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਫਿਬੋਨੈਕੀ ਸੀਰੀਜ਼। ਫਿਬੋਨੈਕੀ ਫਿਬੋਨੈਕੀ ਸੀਕੁਐਂਸ ਔਰ ਫਿਬੋਨੈਕੀ ਸੀਰੀਜ਼। ਫਿਬੋਨੈਕੀ ਇੱਕ ਇਟਾਲੀਅਨ ਮੈਥਮੈਟੀਸ਼ੀਅਨ ਹੋਏ ਆ 13ਵੀਂ ਸਦੀ ਦੇ ਵਿੱਚ। ਜਦੋਂ ਉਹਨਾਂ ਨੇ ਇਹ ਕਾਰਨਾਮੇ ਕੀਤੇ ਤਾਂ ਉਸ ਵਕਤ ਉਹਨਾਂ ਨੇ ਇਹ ਦੇਖਿਆ ਕਿ ਨੰਬਰਾਂ ਦੇ ਜਿਹੜੇ ਪੈਟਰਨਸ ਹੈ ਉਹ ਬੜੇ ਅਜੀਬੋ ਗਰੀਬ ਢੰਗ ਦੇ ਨਾਲ ਆਉਂਦੇ ਆ। ਜਿਸ ਤਰ੍ਹਾਂ ਅਸੀਂ ਪਿੱਛੇ ਗੱਲ ਕੀਤੀ ਸੀ ਪਾਸਕਲ ਟ੍ਰੈਂਗਲ ਦੀ, ਫਿਰ ਕੈਪਰੀਕਾਰਸ ਨੰਬਰਸ ਦੀ ਗੱਲ ਕੀਤੀ ਅਸੀਂ, ਇਸ ਤਰ੍ਹਾਂ ਹੀ ਮਤਲਬ ਦੁਨੀਆ ਦੇ ਵਿੱਚ ਪਤਾ ਹੀ ਨਹੀਂ ਕਿ ਕੁਛ ਖੋਜਾਂ ਹੋਈਆਂ ਪਈਆਂ। ਜਰਾ ਕਿਤਾਬਾਂ ਪੜ੍ਹਨੀਆਂ ਸ਼ੁਰੂ ਤਾਂ ਕਰੀਏ, ਸੈਡ ਨੰਬਰਸ ਕਿਹੜੇ ਹੈ, ਹੈਪੀ ਨੰਬਰਸ ਕਿਹੜੇ ਹੈ, ਕਿਊਟ ਨੰਬਰਸ ਕਿਹੜੇ ਹੈ, ਮਤਲਬ ਪਤਾ ਹੀ ਨਹੀਂ ਵਿਗਿਆਨੀਆਂ ਨੇ ਗਣਿਤ ਸ਼ਾਸਤਰੀਆਂ ਨੇ ਕੀ ਕੁਛ ਕਰਕੇ ਰੱਖਿਆ ਹੋਇਆ। ਮੇਰੇ ਖਿਆਲ 'ਤੇ ਸਾਡੀ ਜ਼ਿੰਦਗੀ ਵੀ ਘੱਟ ਰਹਿ ਜੂਗੀ ਜੇ ਅਸੀਂ ਸਾਰਾ ਕੁਛ ਪੜ੍ਹਨ ਵੀ ਲੱਗ ਜਾਈਏ। ਤਾਂ ਦੇਖੋ ਇਹ ਇੱਕ ਵੱਖਰੇ ਤਰ੍ਹਾਂ ਦਾ ਆਨੰਦ ਹੈ। ਅਤੇ ਅੱਜ ਜੋ ਅਸੀਂ ਕਰਨ ਜਾ ਰਹੇ ਹਾਂ ਉਸ ਵਿਗਿਆਨੀ ਨੂੰ ਯਾਦ ਕਰ ਰਹੇ ਹਾਂ, ਜਿਸ ਉਸ ਗਣਿਤ ਸ਼ਾਸਤਰੀ ਨੂੰ ਯਾਦ ਕਰ ਰਹੇ ਹਾਂ। ਵਿਗਿਆਨੀ ਮੈਂ ਇਸ ਲਈ ਕਹਿੰਦਾ ਕਿ ਉਹ ਨਵੀਆਂ ਚੀਜ਼ਾਂ ਖੋਜਦੇ ਹੈ, ਬੈਠੇ ਬੈਠੇ ਸੋਚਦੇ ਹੈ ਕਿਸ ਤਰ੍ਹਾਂ ਦੇ ਨਾਲ ਉਹ ਆਪਣੀ ਸੋਚ ਨੂੰ ਮਤਲਬ ਸਾਡੇ ਦਰਮਿਆਨ ਲੈ ਕੇ ਆਏ। ਉਹਨਾਂ ਦਾ ਸੋਚਣਾ ਨਵੇਕਲਾ ਕਿਉਂ ਹੁੰਦਾ ਸੀ, ਉਹ ਸਾਡੇ ਤੋਂ ਵੱਖਰਾ ਕਿਵੇਂ ਸੋਚ ਲੈਂਦੇ ਸੀ। ਅਸੀਂ ਤਾਂ ਆਪਣੇ ਮੈਥਮੈਟਿਕਸ ਦੇ ਉਹਨਾਂ ਲਿਮਿਟਿਡ ਫਾਰਮੂਲਾਸ ਤੋਂ ਬਾਹਰ ਨਹੀਂ ਆਏ ਕਿ ਬਸ ਇਹ ਅਸੀਂ ਪੜ੍ਹ ਲਿਆ, ਯਾਦ ਕਰ ਲਿਆ, ਉਸ ਤੋਂ ਅਗਲਾ ਜੇ ਕੋਈ ਪੁੱਛ ਲਏ ਤਾਂ ਅਸੀਂ ਕਹਿ ਦਿੰਦੇ ਸਾਡੇ ਸਿਲੇਬਸ 'ਚ ਨਹੀਂ ਹੈਗਾ। ਪਰ ਯਾਦ ਰੱਖੋ ਜਿਹੜੀ ਚੀਜ਼ ਸਿਲੇਬਸ 'ਚ ਨਾ ਹੋਵੇ ਅਤੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਉਸ ਨੂੰ ਜੀਨੀਅਸ ਕਿਹਾ ਜਾਂਦਾ। ਤਾਂ ਇਹ ਲੋਕ ਜੀਨੀਅਸ ਸੀ, ਇਸ ਲਈ ਇਹਨਾਂ ਦਾ ਨਾਮ ਕਿਤਾਬਾਂ 'ਚ ਛਪਿਆ। ਇਹਨਾਂ ਨੇ ਕਾਰਨਾਮੇ ਐਸੇ ਕੀਤੇ ਜਿਸ ਤਰ੍ਹਾਂ ਅਸੀਂ ਪਾਸਕਲ ਟ੍ਰੈਂਗਲ ਦੀ ਗੱਲ ਕੀਤੀ ਸੀਗੀ ਵੀ ਕਿਸ ਤਰ੍ਹਾਂ ਉਹ ਇੱਕ 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 ਦੋ ਇੱਕ ਇੱਕ ਤਿੰਨ ਤਿੰਨ ਇੱਕ ਕਰਦੇ ਹੈ। ਤਾਂ ਇਸੇ ਤਰ੍ਹਾਂ ਹੀ ਫਿਬੋਨੈਕੀ ਨੇ 13ਵੀਂ ਸਦੀ ਦੇ ਵਿੱਚ ਕਮਾਲ ਦੀਆਂ ਗੱਲਾਂ ਸਾਨੂੰ ਦੱਸੀਆਂ। ਉਹ ਕਹਿੰਦੇ ਹੈ ਕਿ 0 ਅਤੇ 1 ਜਿਹੜੇ ਬੇਸਿਕ ਨੰਬਰ ਹੈ ਸਾਡੇ ਕੋਲ, ਹੁਣ ਜਿਹੜੇ 0 ਅਤੇ 1 ਬੇਸਿਕ ਨੰਬਰ ਹੈ, ਜੇ ਕਹਿੰਦਾ ਮੈਂ ਇਹਨਾਂ ਦੀ ਸੀਰੀਜ਼ ਬਣਾਵਾਂ 0 1 1 2 3 5 8, ਤੁਸੀਂ ਸੋਚ ਰਹੇ ਹੋਗੇ ਵੀ ਇਹ ਨੰਬਰ ਕਿਵੇਂ ਰੈਂਡਮਲੀ ਲਿਖੀ ਜਾਣਾ, ਨਾ ਰੈਂਡਮਲੀ ਨਹੀਂ, ਪੈਟਰਨ ਹੈ। ਪੈਟਰਨ ਕੀ ਹੈ ਕਿ 0 ਲਿਖਿਆ ਫਿਰ 1 ਲਿਖਿਆ, ਇਹ ਦੋ ਨੰਬਰ ਬੇਸਿਕ ਨੰਬਰ ਮੰਨੇ ਉਹਨਾਂ ਨੇ, ਅਤੇ 0 ਅਤੇ 1 ਜੋੜਿਆ ਇਹਨਾਂ ਦੋਨਾਂ ਨੂੰ 1 ਬਣ ਗਿਆ, ਫਿਰ ਇਹਨਾਂ ਦੋਨਾਂ ਨੂੰ ਜੋੜਿਆ, ਪਹਿਲਾਂ ਇਹਨਾਂ ਦੋਨਾਂ ਨੂੰ ਜੋੜਿਆ ਸੀ, ਫਿਰ ਇਹਨਾਂ ਦੋਨਾਂ ਨੂੰ ਜੋੜਿਆ 2 ਬਣ ਗਿਆ, ਫਿਰ ਇਹਨਾਂ ਦੋਨਾਂ ਨੂੰ ਜੋੜਿਆ ਅਗਲਾ ਨੰਬਰ ਆ ਜਾਂਦਾ, ਫਿਰ ਇਹਨਾਂ ਦੋਨਾਂ ਨੂੰ ਜੋੜਿਆ ਅਗਲਾ ਨੰਬਰ, ਫਿਰ ਇਹਨਾਂ ਦੋਨਾਂ ਨੂੰ ਜੋੜਿਆ ਅਗਲਾ ਆ ਜਾਂਦਾ। ਹੁਣ 8 ਅਤੇ 5 ਨੂੰ ਜਦੋਂ ਜੋੜਦੇ ਹਾਂ ਤਾਂ ਅਸੀਂ 13 ਆ ਜਾਂਦਾ। 13 ਦੇ ਵਿੱਚ ਜੇ ਅਸੀਂ 8 ਜੋੜੀਏ 21 ਬਣ ਜਾਂਦਾ, 21 ਦੇ 13 ਨੂੰ ਜੋੜੀਏ 34 ਬਣ ਜਾਂਦਾ, 34 ਤੋਂ 21 ਨੂੰ ਜੋੜੀਏ ਅਸੀਂ 55 'ਤੇ ਪਹੁੰਚ ਜਾਂਦੇ ਹਾਂ। ਅਤੇ ਇਸ ਤਰ੍ਹਾਂ ਇਹ ਸੀਰੀਜ਼ ਹੈ ਜਿਹੜੀ ਸੀਕੁਐਂਸ ਹੈ ਸੀਰੀਜ਼ ਹੈ ਚੱਲਦੀ ਰਹਿੰਦੀ ਹੈ। ਤਾਂ ਸਾਡੇ ਕੋਲ ਅਰਥਮੈਟਿਕਲ ਪ੍ਰੋਗਰੈਸ਼ਨਸ, ਜੋਮੈਟਰੀਕਲ ਪ੍ਰੋਗਰੈਸ਼ਨਸ, ਕੁਆਡਰੇਟਿਕ ਜਿਹੜੀਆਂ ਸੀਰੀਜ਼ ਹੈ, ਫਿਰ ਇੱਕ ਸਪੈਸ਼ਲ ਸੀਰੀਜ਼ ਹੈ। ਸਪੈਸ਼ਲ ਸੀਰੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਮਾਲ ਹੀ ਕਰਤਾ ਉਸ ਇਨਸਾਨ ਨੇ 13ਵੀਂ ਸਦੀ ਦੇ ਵਿੱਚ ਇਹ ਸੋਚਦੇ ਹੈ ਕਿ ਸਾਡੇ ਦਿਮਾਗ 'ਚ ਕਿਉਂ ਨਹੀਂ ਆਇਆ, ਅਸੀਂ ਵੀ ਤਾਂ ਸੋਚ ਸਕਦੇ ਸੀ ਨਾ, ਪਰ ਅਸੀਂ ਇਹ ਜਾ ਕਿਉਂ ਨਹੀਂ ਕੀਤਾ। ਇਸ ਪਾਸੇ ਨੂੰ ਚੱਲੀਏ ਆਪਾਂ ਜ਼ਰਾ। ਕਈ ਸਾਥੀਆਂ ਦਾ ਮੇਰੇ ਸਵਾਲ ਹੁੰਦਾ ਵੀ ਇਹ ਕੰਮ ਕਿੱਥੇ ਆਉਣਗੇ। ਤੁਸੀਂ ਦੇਖਦੇ ਚੱਲੋ ਬਹੁਤ ਜਗ੍ਹਾ, ਸਾਰੀ ਜਗ੍ਹਾ ਮੈਥਮੈਟਿਕਸ ਨਾਲ ਭਰੀ ਪਈ ਹੈ, ਸਾਰੀ ਨੇਚਰ, ਜਿੱਥੇ ਅਸੀਂ ਕਹਿੰਦੇ ਹਾਂ ਕਿ ਸਾਇੰਸ ਇਜ਼ ਅ ਸਟੱਡੀ ਆਫ ਨੇਚਰ ਐਂਡ ਨੈਚੁਰਲ ਫੀਨੋਮੀਨਨ, ਅਤੇ ਉੱਥੇ ਅਸੀਂ ਜਦੋਂ ਇਹ ਮੈਥਮੈਟਿਕਸ ਦੀਆਂ ਗੱਲਾਂ ਨੂੰ ਸਮਝਦੇ ਹਾਂ, ਸੁਣਦੇ ਹਾਂ, ਕਰਦੇ ਹਾਂ, ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਾਂ ਵੀ ਕਮਾਲ ਹੈ, ਇਹ ਇੰਨਾ ਕੁਛ ਪਿਆ ਸਾਡੇ ਕੋਲ। ਦੇਖੋ ਇਹ ਜਦੋਂ ਇਸ ਸੀਰੀਜ਼ ਨੂੰ ਬਣਾਉਂਦੇ ਹੈ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਡਿਸਕਸ ਕਰਦੇ ਹੈ, ਸਾਨੂੰ ਸਮਝਾਉਂਦੇ ਹੈ, ਔਰ ਉਹਨਾਂ ਦੇ ਫੈਕਟ ਹੈ ਜਿਹੜੇ ਉਹ ਬਿਲਕੁਲ ਟਰੁੱਥਫੁੱਲ ਹੋ ਕੇ ਨਿਕਲਦੇ। ਉਹ ਕਹਿੰਦੇ ਵੀ ਇੱਕ ਮੈਂ ਆ 1/1 ਦਾ ਵਰਗ ਬਣਾਇਆ, ਫਿਰ 1 ਹੋਰ ਬਣਾ ਲਿਆ, 1 ਅਤੇ 1 ਕਿੰਨੇ ਹੋ ਗਏ 2, ਕਹਿੰਦੇ ਫਿਰ ਆਪਾਂ ਨੇ 2 ਦਾ ਵਰਗ ਬਣਾਤਾ। ਹੁਣ ਜੇ ਇਹ 2 ਬਣ ਗਿਆ ਅਤੇ ਇਹ 2 ਹੈ ਅਤੇ ਇਹ 1 ਹੈ, ਮੈਂ ਦੂਸਰੇ ਚੌਕ ਨਾਲ ਤੁਹਾਨੂੰ ਸਪੈਸੀਫਾਈ ਕਰਦਾ, ਇੱਥੇ ਇਹ 2 ਹੈ ਅਤੇ ਇਹ 1 ਹੈ, ਇਹ ਦੇਖੋ। ਤਾਂ ਇਹ ਹੁਣ ਸਾਡੇ ਕੋਲ ਕਿੰਨਾ ਹੋ ਗਿਆ, ਇਹ 3 ਹੋ ਗਿਆ ਹੋਇਆ, ਜੇ 3 ਹੋ ਗਿਆ ਫਿਰ 3 ਦਾ ਵਰਗ ਬਣਾ ਲੈਂਦੇ, ਹੈ ਨਾ ਮਜ਼ੇਦਾਰ ਗੱਲ। ਹੁਣ ਉਹ ਕਹਿੰਦੇ ਵੀ ਇਹ 3 ਹੈ ਅਤੇ ਇਹ 2 5 ਹੋ ਗਿਆ, ਫਿਰ 5 ਦਾ ਵਰਗ ਬਣਾ ਲੈਂਦੇ, ਥੋੜ੍ਹਾ ਜਿਹਾ ਇੱਥੇ ਬਣਾਉਣ ਲੱਗਿਆ ਫਰੀ ਹੈਂਡ, ਕਈ ਵਾਰੀ ਉਸ ਤਰ੍ਹਾਂ ਦਾ ਵਰਗ ਨਹੀਂ ਆਉਂਦਾ, ਅਤੇ ਇਹ 5 ਆ ਗਿਆ ਸਾਡੇ ਕੋਲ। ਹੁਣ ਇਹ 5 ਹੈ
ਤੇ ਇਹ 3 ਹੈ 5 ਤੇ 3 ਕਿੰਨਾ ਹੋ ਗਿਆ ਜੀ ਸਾਡੇ ਕੋਲ 8 ਹੋ ਜਾਂਦਾ ਹੁਣ ਇਹ 8 ਹੈ ਤੇ ਇਹ 5 ਹੈ ਫਿਰ ਇੱਥੇ ਅਗਲਾ ਵਰਗ ਜਿਹੜਾ ਆ ਜਾਂਦਾ ਸਾਡੇ ਕੋਲ 13 ਵਾਲਾ ਆ ਜਾਂਦਾ ਹੁਣ ਇੱਥੇ ਜਗ੍ਹਾ ਮੇਰੇ ਕੋਲ ਘਟ ਗਈ ਹੋਈ ਹੈ ਕਿਉਂਕਿ ਵਰਗ ਹੈ ਤਾਂ ਨੀਚੇ ਤੱਕ ਜਾਣਾ ਫਿਰ 13 ਤੇ 8 ਇਹ 8 ਸੀਗਾ ਨਾ ਸਾਡੇ ਕੋਲ ਇਹ 8 ਹੋ ਗਿਆ ਤੇ ਇਹ ਹੇਠਾਂ ਤੱਕ ਜਦੋਂ ਜਾਊਗਾ ਇਹ 13 ਹੋ ਜਾਊਗਾ ਫਿਰ 13 ਤੇ 8 21 ਵਾਲਾ ਵਰਗ ਆਊਗਾ ਤੋ ਇਸ ਤਰ੍ਹਾਂ ਦੇ ਕਾਰਨਾਮੇ ਕਰਦੇ ਆ ਉਸ ਤੋਂ ਬਾਅਦ ਕਹਿੰਦੇ ਆ ਕਿ ਇਸ ਨੂੰ ਜਦੋਂ ਮੈਂ ਮਿਲਾਨਾ ਇਸ ਤਰ੍ਹਾਂ ਦੇਖਿਓ ਤੁਸੀਂ ਸਪਾਇਰਲੀ ਚੱਲਦੇ ਸਪਾਇਰਲੀ ਚੱਲਣ ਦੇ ਲਈ ਕੀ ਹੈ 1 2 3 ਫਿਰ ਸਮਝਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇੱਕ ਵਾਰੀ ਹੋ ਸਕਦਾ ਵੀ ਛੇਤੀ ਛੇਤੀ ਦੇ ਵਿੱਚ ਆਪਾਂ ਇਸ ਨੂੰ ਪੂਰਾ ਚੰਗੀ ਤਰ੍ਹਾਂ ਨਾ ਸਮਝ ਪਾਏ ਹੋਈਏ ਆਪਾਂ ਇੱਕ ਵਾਰੀ ਫਿਰ ਇਸ ਦੀ ਟਰਾਈ ਕਰਦੇ ਆ ਤਾਂ ਕਿ ਆਪਾਂ ਇਸ ਨੂੰ ਫੋਲੋ ਕਰੀਏ ਗੱਲ ਇਹ ਨਹੀਂ ਕਿ ਆਪਾਂ ਨੇ ਕਨਸੈਪਟ ਨੂੰ ਖਤਮ ਕਰਨਾ ਗੱਲ ਇਹ ਹੈ ਕਿ ਆਪਾਂ ਨੇ ਇਸ ਦੇ ਵਿੱਚ ਅੰਡਰਸਟੈਂਡਿੰਗ ਲੈਣੀ ਹੈ ਵੀ ਇਹ ਵਰਗ ਕਿਸ ਤਰ੍ਹਾਂ ਦੇ ਨਾਲ ਚੱਲਦੇ ਆ ਇੱਕ ਇੱਕ ਕਿੰਨਾ ਹੋ ਗਿਆ ਸਾਡੇ ਕੋਲ 2 ਹੋ ਗਿਆ ਨਾ 2 ਹੋ ਗਿਆ ਹੁਣ 2 ਤੇ 1 ਕਿੰਨਾ ਹੋ ਗਿਆ ਸਾਡੇ ਕੋਲ 3 ਹੋ ਗਿਆ ਕਿਉਂਕਿ ਆਹ 2 ਸੀਗਾ ਆਹ 1 ਸੀਗਾ 2 ਤੇ 1 3 ਹੋ ਗਿਆ ਹੁਣ ਆਹ 3 ਹੈ ਆਹ 2 ਹੈ ਕਿਉਂਕਿ 1 ਤੇ 1 2 ਹੈ 3 ਤੇ 2 5 ਹੋ ਗਿਆ ਹੁਣ ਅਸੀਂ ਇਸ ਨੂੰ ਅਸੀਂ 5 ਕਰ ਲੈਂਦੇ ਆ ਇਹ 5 ਹੋ ਗਿਆ ਇਹ ਵੀ 5 ਹੋ ਗਿਆ ਹੁਣ ਇਹ 5 ਤੇ 3 ਕਿੰਨਾ ਹੋ ਗਿਆ ਸਾਡੇ ਕੋਲ ਇਹ 5 ਹੈ ਇਹ 3 ਹੈ 8 ਹੋ ਗਿਆ ਹੁਣ 8 ਦਾ ਵਰਗ ਬਣਾ ਲੈਂਦੇ ਆ ਅਸੀਂ ਇੱਥੇ ਅੱਠ ਹੋ ਗਿਆ ਹੁਣ 8 ਤੋਂ ਬਾਅਦ ਇਹ ਸਾਡੇ ਕੋਲ 5 ਤੇ 3 8 ਆ ਗਿਆ ਹੁਣ ਇਹ 8 ਤੇ 5 ਕੀ ਹੋ ਗਿਆ ਸਾਡੇ ਕੋਲ 13 ਹੋ ਗਿਆ ਹੁਣ ਇਹ 13 ਦਾ ਵਰਗ ਹੈ ਜਿਹੜਾ ਉੱਪਰ ਚਲਾ ਜਾਏਗਾ ਤਾਂ ਅਸੀਂ ਇੱਥੇ ਇਸ ਨੂੰ ਕਿਵੇਂ ਕਰਾਂਗੇ ਉਸੇ ਤਰ੍ਹਾਂ ਦੇ ਨਾਲ ਫਿਰ ਇਸ ਨੂੰ ਅਸੀਂ ਸਪਾਇਰਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਇਸ ਤਰ੍ਹਾਂ ਚੱਲਦਾ ਜਾਂਦਾ ਤਾਂ ਇਹਦੀ ਸ਼ੇਪ ਹਮੇਸ਼ਾ ਕਿੱਦਾਂ ਦੀ ਆਏਗੀ ਸਪਾਇਰਲ ਆਏਗੀ ਸਾਡੇ ਸਪਾਇਰਲ ਕਿਸ ਤਰ੍ਹਾਂ ਆਈ ਇਸ ਦਾ ਡਾਇਗਨਲ ਦੂਸਰੇ ਦਾ ਡਾਇਗਨਲ ਫਿਰ ਤੀਸਰੇ ਦਾ ਡਾਇਗਨਲ ਫਿਰ ਚੌਥੇ ਦਾ ਡਾਇਗਨਲ ਫਿਰ ਪੰਜਵੇਂ ਦਾ ਡਾਇਗਨਲ ਫਿਰ ਛੇਵੇਂ ਦਾ ਡਾਇਗਨਲ ਫਿਰ ਸੱਤਵੇਂ ਦਾ ਡਾਇਗਨਲ ਫਿਰ ਇਸ ਤਰ੍ਹਾਂ ਕਰਦੇ 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 ਮੇਰੇ ਖਿਆਲ ਤੇ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਕੀ ਬਣ ਗਈ ਹੋਈ ਹੈ ਸਾਡੀ ਸ਼ੇਪ ਕਿਹੜੀ ਹੈ ਸਪਾਇਰਲ ਟਾਈਪ ਗਲੈਕਸੀ ਅਸੀਂ ਯੂਨੀਵਰਸ 'ਚ ਪਹੁੰਚ ਗਏ ਹਾਂ ਪਰ ਫਿਬੋਨਿਕੀ ਸੀਰੀਜ਼ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਫਿਬੋਨਿਕੀ ਸੀਰੀਜ਼ ਦੇ ਵਿੱਚ ਬੜੇ ਕਮਾਲ ਦੇ ਨਤੀਜੇ ਆਉਂਦੇ ਆ ਕਿ ਕੁਝ ਫਲਾਵਰਸ ਐਸੇ ਆ ਜਿਨ੍ਹਾਂ ਦੇ 3 ਪੱਤੀਆਂ ਫਿਰ ਸਾਡੇ ਕੋਲ ਆ ਜਾਂਦੇ ਆ 5 ਪੱਤੀਆਂ ਵਾਲੇ ਇਹ ਸਭ ਐਗਜ਼ਾਮਪਲਸ ਦਿੱਤੀਆਂ ਹੋਈਆਂ ਸਾਡੇ ਕੋਲ ਫਿਰ 8 ਵਾਲੇ 13 ਵਾਲੇ 21 ਵਾਲੇ ਮਤਲਬ ਯੂਨੀਵਰਸ ਦੇ ਵਿੱਚ ਫਿਬੋਨਿਕੀ ਸੀਰੀਜ਼ ਸਾਡੇ ਕੋਲ ਬਹੁਤ ਜਗ੍ਹਾ ਤੇ ਯੂਜ਼ ਹੋ ਰਹੀ ਹੈ ਈਵਨ ਕਿ ਜੇ ਅਸੀਂ ਗੱਲ ਕਰੀਏ ਨਾ ਆਪਣੇ ਹੱਥ ਦੀ ਗੱਲ ਕਰੀਏ ਆ ਦੇਖੋ ਹੱਥ ਦੇ ਵਿੱਚ ਜਿਹੜੀਆਂ ਇਹ ਹੱਡੀਆਂ ਹੈਗੀਆਂ ਸਾਡੀਆਂ ਇਹ 1 1 2 ਫਿਰ 1 ਤੇ 2 3 ਫਿਰ 3 ਤੇ 2 5 ਇੱਥੇ ਵਾਲੀ ਜਿਹੜੀ ਹੱਡੀ ਹੈ ਇਸ ਨੂੰ ਮਿਲਾਈਏ ਤਾਂ 1 1 2 3 5 ਇਸ ਤਰ੍ਹਾਂ ਦੇ ਨਾਲ ਉਹੀ ਵਾਲੀ ਸੀਰੀਜ਼ ਬਣਦੀ ਹੈ ਜਿਸ ਦੀ ਮੈਂ ਹੁਣੇ ਗੱਲ ਕਰ ਰਿਹਾ ਸੀਗਾ 0 1 2 3 5 8 13 21 34 55 ਇਹ ਸੀਰੀਜ਼ ਆਈ ਜਾਣੀ ਹੈ ਸਾਡੇ ਕੋਲ ਹੈ ਨਾ ਕਮਾਲ ਦੀ ਗੱਲ ਹੁਣ ਦੇਖੋ ਅੱਗੇ ਅੱਗੇ ਗੱਲ ਕੀ ਕਰਦੇ ਆ ਸਾਡੇ ਕੋਲ ਉਹ ਕਹਿੰਦੇ ਵੀ ਜੇ ਇਹ ਗਿਣੀਏ 1 2 3 4 5 6 7 8 9 10 10 ਨੈਚੁਰਲ ਨੰਬਰ ਦਾ ਸਮ ਵੀ 55 ਹੁੰਦਾ ਫਿਰ ਅੱਗੇ ਜਾ ਕੇ ਆਪਾਂ ਗੱਲ ਕਰੀਏ ਹੁਣ ਕਹਿੰਦੇ ਵੀ ਜੇ ਇਹਨਾਂ ਸਾਰਿਆਂ ਦਾ ਜੋੜ ਲੈਣਾ ਹੋਵੇ 10 ਤੱਕ ਤੁਸੀਂ ਲਿਖ ਲਓ ਫਿਰ ਜਿਹੜਾ ਇਹਨਾਂ 'ਚੋਂ 7ਵਾਂ ਨੰਬਰ ਹੈ 1 2 3 4 5 6 7 ਇਸ ਨੂੰ 11 ਨਾਲ ਗੁਣਾ ਕਰ ਲਓ ਤਾਂ 13 11 143 ਤਾਂ ਕਹਿੰਦੇ ਇਹਨਾਂ ਸਾਰਿਆਂ ਦਾ ਜੋੜ 143 ਆਊਗਾ ਆਪਾਂ ਚੈੱਕ ਕਰ ਲੈਂਦੇ ਹਾਂ 5 4 9 ਤੇ 1 10 3 13 8 21 ਤੇ 5 26 ਤੇ 29 2 31 ਤੇ 1 32 5 4 9 10 3 13 ਤੇ 8 21 ਤੇ 5 26 ਤੇ 29 2 31 ਤੇ 1 32 ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦਾ ਸਮ ਕਰੀਏ ਆਓ ਇੱਥੇ ਆਪਾਂ ਕਰਕੇ ਦੇਖਦੇ ਹਾਂ ਇੱਕ ਵਾਰੀ ਤਾਂ ਸਾਡੇ ਕੋਲ 0
0 1 1 2 3 5 8 13 21 देन 34। तो पहला जो असं कर रहे थे ना तो इतने असं एक पाना भुल गए थे, तो हूँ असं जो दोबारा लिखा तो ये चीज़ें याद आ जाती होंगे क्योंकि मैथमैटिक्स है, ये लिखन का सबजैक्ट है, ये देखने का सबजैक्ट नहीं है, हो जाती गलतियाँ, लेकिन उन्होंने ठीक कर लेना ही मैथमैटिक्स है। तो 0 1 1 पिछले दो नंबर जोड़िया, 0 1 1 1 1 2 2 3 3 2 5 5 3 8 8 3 इस तरह। हूँ ये किन्ने हो गए साढ़े को, आप देखते हैं 1 2 3 4 5 6 7 8 9 10। हूँ इन 10 नंबर का आप जोड़ लगावे, तो 10 नंबर का जोड़ है जोड़ा वह कहता जो 7वां नंबर है उसनों तुसी 11 नाल गुणा करो तो वह थोड़ा आंसर आऊगा 11 8 88। करो 4 3 5 3 8 3 8 16 5 21 3 24 2 26 27 1 28 2 3 5 2 7 1 88 बिल्कुल ठीक आ गए। कोई होर पेयर लेके देख लें, आप आज 5 6 का पेयर लें, यदि फिबोनाची सीरीज बनाने 5 6 11 11 6 17 17 11 28 28 17 45 45 8 73 हो गए, यह 45 58 53 73 5 3 8 7 4 11 118 हो गए। हूँ 8 3 11 7 1 8 1 9 191 हो गए साढ़े को, क्योंकि ये दोनों जोड़ना असी, हूँ इन्हों दोनों जोड़ो, ये कि बन गया साढ़े को 309। पहले आप देख ली किन्ने बन गए, 1 2 3 4 5 6 7 8 9 10, ये 10 नंबर बन गए। हूँ इन्हों का जोड़ की आना चाहिए, कहता जोड़ा साढ़े को 7वां नंबर है, 1 2 3 4 5 6 7 आ 7वां नंबर है, इसनों 11 नाल गुणा करनी है, तो कि आना चाहिए 11 3 33 3 11 7 77 3 80, तो 803 इसका जोड़ बनना चाहिए। आओ आप चेक करते हैं, 9 1 10 1 18 3 21 26 8 34 7 41 42 6 48 5 53 5 6 3 15 7 22 4 26 28 29 1 30 3 कैरी 3 3 6 1 7 1 8 लो जी 803। तो मैं नहीं कुछ किया है, ये वो 13वीं सदी के लिनार्डो फिबोनाची ऐसे इंसान जिन्होंने ये सोचा कि इस तरह के भी पैटर्न हो सकते हैं। तो अगली लड़ी के आप इसकी गल करा कि फिबोनाची सीरीज़ के होर साढ़े को जी गोल्डन रेशो बनती किस तरह बनती है, नैक्सट वीडियो लैके आ रहा तो गोल्डन रेशो की, तद तक करो इंतजार, मिलते हैं फिर, थैंक यू।